ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁੱਸਾ ਜੜਦਾ ਤੇ ਗੁੱਸਾ ਕੱਢਦੇ ਕਿਸ ਦੇ ਉੱਤੇ ਨੇ ਅਫਸਰशाही बाबूशाही ਦੇ ਉੱਤੇ ਜਿਹੜੇ ਨੇ ਸਰਕਾਰੀ बाबू ਦਫਤਰਾ ਚ ਬੈੰਦੇ ਨੇ ਖਾਸ ਕਰਕੇ ਆਈਐਸ ਅਫਸਰਾਂ ਦੀ ਲੋਬੀ ਕਿਉਂਕਿ ਕਈ ਵਾਰੀ ਸਰਕਾਰ ਦੇ 27 28 ਮਹੀਨਿਆਂ ਦੇ ਵਿੱਚ ਜਿਹੇ ਫੈਸਲੇ ਹੋਏ ਨੇ ਜਿਸ ਨੂੰ ਲੈ ਕੇ ਅਫਸਰਾਂ ਦੇ ਉੱਤੇ ਹੀ ਝਾੜ-ਚਮ ਕਰਨ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਅੰਦਰੋਂ ਨਿਕਲ ਕੇ ਹਾਲਾਂਕਿ ਆਈਐਸ ਅਫਸਰਾਂ ਨੇ ਕਈ ਵਾਰੀ ਸਰਕਾਰ ਦੇ ਉੱਤੇ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਗੱਲ ਕਿਸੇ ਤੋਂ ਲੋਕੀ ਸ਼ੁਪੀ ਨਹੀਂ ਕਈ ਮਾਮਲਿਆਂ ਦੇ ਵਿੱਚ ਆਈਐਸ ਅਫਸਰ ਨਹੀਂ ਇਕੱਠ ਕਰਕੇ ਕਰਕੇ ਮੁੱਖ ਮੰਤਰੀ ਦੇ ਉੱਤੇ ਵੀ ਦਬਾਅ ਬਣਾਇਆ ਪਰ ਸ਼ਾਇਦ ਹੁਣ ਮੁੱਖ ਮੰਤਰੀ ਨੂੰ ਲੱਗਿਆ ਕਿ ਪਾਣੀ ਸਿਰ ਤੋਂ ਲੰਘ ਗਿਆ ਇਸ ਦੇ ਨਾਲ ਨੁਕਸਾਨ ਅਲਟੀਮੇਟਲੀ ਕਿਸ ਦਾ ਹੋ ਰਿਹਾ ਸਿਆਸੀ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਜੇਕਰ ਨੁਕਸਾਨ ਹੋਵੇਗਾ ਤਾਂ ਫਿਰ ਆਉਣ ਵਾਲੀਆਂ ਆਗਾਮੀ ਚੋਣਾਂ ਚਾਹੇ ਉਹ ਪੰਚਾਇਤੀ ਪੱਧਰ ਦੀਆਂ ਹੋਣ ਜਾਂ ਫਿਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਬਲਾਕ ਸੰਮਤੀਆਂ ਦੀਆਂ ਹੋਣ ਜਾਂ ਫਿਰ 2027 ਦਾ ਵੀ ਇੱਕ ਵੱਡਾ ਇਮਤਿਹਾਨ ਸਾਹਮਣੇ ਆਵੇਗਾ ਉਸ ਦੇ ਵਿੱਚ ਫਿਰ ਅਸੀਂ ਜੇ ਸਫਲਤਾ ਹਾਸਲ ਕਰਨੀ ਹੈ ਤੇ ਫਿਰ ਸਾਨੂੰ ਇਸ ਮਾਮਲੇ ਦੇ ਵਿੱਚ ਕੁਝ ਨਾ ਕੁਝ ਤਾਂ ਕਰਨਾ ਪਵੇਗਾ ਤਾਂ ਨੱਥ ਪਾਉਣੀ ਪਵੇਗੀ ਜਿਹੜੇ ਆਪਣੀ ਮਨਮਰਜ਼ੀਆਂ ਕਰਦੇ ਨੇ ਤਾਂ ਇਸ ਤਰ੍ਹਾਂ ਦੀ ਇੱਕ ਖਬਰ ਹੈ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਫਸਰ ਸ਼ਾਹੀ ਨੂੰ ਝਾੜ-ਚਮ ਕਰਨ ਜਾਂ ਉਹਨਾਂ ਨੂੰ ਘੂਰਨ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਦਰਅਸਲ ਇਸ ਮਾਮਲੇ ਦੇ ਵਿੱਚ ਅਫਸਰ ਸ਼ਾਹੀ ਤੋਂ ਨਾਰਾਜ਼ ਕਿਉਂ ਜਾਪ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਭ ਤੋਂ ਵੱਡੀ ਗੱਲ ਇਹ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਨੂੰ ਯਾਦ ਹੋਵੇਗਾ ਕਿ ਪੰਚਾਇਤ ਜਦੋਂ ਭੰਗ ਕਰਨ ਦੀਆਂ ਗੱਲਾਂ ਆਈਆਂ ਸੀ ਪੰਚਾਇਤਾਂ ਉਸ ਤੋਂ ਬਾਅਦ ਪੰਚਾਇਤ ਯੂਨੀਅਨ ਆ ਜਿਹੜੀ ਉਹ ਚਲੀ ਜਾਂਦੀ ਆ ਹਾਈ ਕੋਰਟ ਜਿਸ ਤੋਂ ਬਾਅਦ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਯੂ ਟਰਨ ਲੈਣਾ ਪਿਆ ਹਾਲਾਂਕਿ ਸਰਕਾਰ ਨੇ ਇੱਕ ਯੂ ਟਰਨ ਨਹੀਂ ਲਿਆ ਕਈ ਯੂ ਟਰਨ ਲਏ ਨੇ ਕਈ ਮਾਮਲਿਆਂ ਦੇ ਵਿੱਚ ਜਦੋਂ ਫੈਸਲੇ ਲੈ ਲਏ ਜਾਂਦੇ ਨੇ ਜਿਵੇਂ ਕਿ 8 ਸਰਕਾਰੀ ਕਾਲਜਾਂ ਦਾ ਤਾਜ਼ਾ ਮਸਲਾ ਸੀ ਉਹਨਾਂ ਨੂੰ ਆਟੋਨਮਸ ਬਾਡੀ ਬਣਾਉਣ ਦੀਆਂ ਗੱਲਾਂ ਇਸੇ ਕਰਕੇ ਜਿਹੜੇ ਆਈਐਸ ਅਫਸਰ ਕੇ ਕੇ Yadav ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਉਸ ਵਿੱਚ ਸ਼ਾਮਲ ਸਨ ਜਦੋਂ ਮੁੱਖ ਮੰਤਰੀ ਨੂੰ ਗੁੱਸਾ ਚੜਦਾ ਕਿ ਇਹ ਫੈਸਲਾ ਕਿਵੇਂ ਲੈ ਲਿਆ ਗਿਆ ਜਿਹੜਾ ਕਿ ਲੋਕ ਹਿੱਤਾਂ ਦੇ ਵਿੱਚ ਨਹੀਂ ਹੈ ਹੁਣ ਇਸ ਗੱਲ ਦੀ ਸੱਚਾਈ ਕੀ ਹੈ ਇਹ ਤੇ ਆਈਐਸ ਅਫਸਰ ਕੀ ਆਪਣੀ ਮਨਮਰਜ਼ੀਆਂ ਨਾਲ ਫੈਸਲੇ ਕਰ ਜਾਂਦੇ ਨੇ ਇਹ ਤੇ ਉਹ ਹੀ ਦੱਸ ਸਕਦੇ ਨੇ ਪਰ ਇੱਕ ਪਾਸਾ ਸਾਹਮਣੇ ਜ਼ਰੂਰ ਆਇਆ ਕਿ ਮੁੱਖ ਮੰਤਰੀ ਦੇ ਦਫ਼ਤਰ ਤੋਂ ਵਾਰ-ਵਾਰ ਹਦਾਇਤਾਂ ਕਰਨ ਦੇ ਬਾਵਜੂਦ ਅਫਸਰ ਅਣਗਹਿਲੀਆਂ ਕਿਉਂ ਕਰ ਜਾਂਦੇ ਨੇ ਅਜਿਹੇ ਫੈਸਲੇ ਕਿਉਂ ਲੈ ਲੈਂਦੇ ਨੇ ਜਿਸ ਦੇ ਕਰਕੇ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਵਿਰੋਧੀ ਧਿਰ ਨੇ ਜਦੋਂ ਘੇਰਨਾ ਹੁੰਦਾ ਯੂ ਟਰਨ ਕੋਈ ਵੀ ਲਵੇ ਸਰਕਾਰ ਅੰਦਰ ਕਿਸੇ ਵੀ ਫੈਸਲੇ ਦੇ ਉੱਤੇ ਤੇ ਵਿਰੋਧੀ ਧਿਰ ਕਿਸ ਨੂੰ ਘੇਰਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਇਸੇ ਕਰਕੇ ਮੁੱਖ ਮੰਤਰੀ ਨੂੰ ਲੱਗਦਾ ਕਿ ਸਾਡਾ ਸਿਆਸੀ ਤੌਰ ਤੇ ਨੁਕਸਾਨ ਕਰਨ ਦੀ ਜਿਹੜੀ ਸਾਰੀ ਦੇ ਸਾਰੇ ਦੋਸ਼ੀ ਨੇ ਜਾਂ ਇਸ ਦੇ ਵਿੱਚ ਲਈ ਜ਼ਿੰਮੇਵਾਰ ਨੇ ਉਹ ਕੁਝ ਆਈਐਸ ਅਫਸਰ ਨੇ ਜਿਹੜੇ ਮਨਮਰਜ਼ੀਆਂ ਕਰਦੇ ਨੇ ਤਾਂ ਹੁਣ ਜਿਹੜੀ ਆ ਆ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਇੱਕ ਮੁੱਖ ਮੰਤਰੀ ਨੇ ਉਹਨਾਂ ਸਾਰੇ ਅਫਸਰਾਂ ਨੂੰ ਆਖਰੀ ਵਾਰ ਤਾੜਨਾ ਦਿੱਤੀ ਹੈ ਵਾਰਨਿੰਗ ਦੇ ਦਿੱਤੀ ਹੈ ਇਹ ਕਹਿ ਦਿੰਦਾ ਹੈ ਕਿ ਜੇਕਰ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਗਲਤੀ ਗੁੰਜਾਇਸ਼ ਵੜ ਕੇ ਗਲਤੀ ਦੀ ਗੁੰਜਾਇਸ਼ ਕਰਨ ਦੀ ਤਾਂ ਉਸ ਤੋਂ ਬਾਅਦ ਫਿਰ ਬਖਸ਼ਿਆ ਨਹੀਂ ਜਾਵੇਗਾ ਹਾਲਾਂਕਿ ਪੰਚਾਇਤਾਂ ਭੰਗ ਕਰਨ ਵਾਲੇ ਮਾਮਲੇ ਦੇ ਵਿੱਚ ਬਾਅਦ ਵਿੱਚ ਇੱਕ ਸਰਕਾਰੀ ਫਾਈਲ ਵੀ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬਾਹਰ ਕੱਢ ਲਿਆਂਦੀ ਗਈ ਜਿਸ ਦੇ ਵਿੱਚ ਦਿਖਾਇਆ ਗਿਆ ਕਿ ਆਹ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਦਸਤਖਤ ਨੇ ਉਸ ਫਾਈਲ ਦੇ ਉੱਤੇ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਤੇ ਪੰਚਾਇਤ ਮੰਤਰੀ ਜਿਹੜੇ ਉਸ ਵਕਤ ਲਾਲਜੀਤ ਸਿੰਘ ਭੋਲਰ ਦੇ ਵੀ ਦੋ ਸਾਈਨ ਐ ਦਸਤਖਤ ਆ ਉਸ ਫਾਈਲ ਦੇ ਉੱਤੇ ਨਜ਼ਰ ਆਏ ਸਨ ਹਾਲਾਂਕਿ ਸਾਰੇ ਦਾ ਸਾਰਾ ਕਸੂਰ ਕੱਢਿਆ ਗਿਆ ਡਾਇਰੈਕਟਰ ਤੇ ਜਿਹੜੇ ਪ੍ਰਮੁਖ ਸਕੱਤਰ ਨੇ ਉਹਨਾਂ ਨੂੰ ਦੜਾਇਆ ਸਸਪੈਂਡ ਵੀ ਕੀਤਾ ਗਿਆ ਸੀ ਹਾਲਾਂਕਿ ਬਾਅਦ ਵਿੱਚ ਸਰਕਾਰ ਨੂੰ ਰਿਪੋਰਟ ਕੇਂਦਰ ਸਰਕਾਰ ਨੂੰ ਭੇਜਣੀ ਹੁੰਦੀ ਹੈ ਉਹ ਵੀ ਪੰਜਾਬ ਸਰਕਾਰ ਨੇ ਨਹੀਂ ਸੀ ਭੇਜੀ ਤੇ ਫਿਰ ਉਹਨਾਂ ਦੀ ਆਪਣੇ ਆਪ ਹੀ ਬਹਾਲੀ ਹੋ ਗਈ ਸੀ ਤਾਂ ਬਹਾਲ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਹੁਣ ਗੱਲ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬੀ ਟਰਬਿਊਨ ਦੇ ਵਿੱਚ ਪਹਿਲੇ ਪੰਨੇ ਦੇ ਉੱਤੇ ਛਪੀ ਖਬਰ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਪੋਲਰ ਦੀ ਉਹ ਕਹਿੰਦੇ ਨੇ ਕਿ ਮੁੱਖ ਮੰਤਰੀ ਵੱਲੋਂ ਅਫਸਰਾਂ ਨੂੰ ਆਖਰੀ ਤਾੜਨਾ ਮੁੱਖ ਸਕੱਤਰ ਨੇ ਪ੍ਰਬੰਧਕੀ ਸਕੱਤਰਾਂ ਨੂੰ ਪੱਤਰ ਜਾਰੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਅਫਸਰशाही ਤੋਂ ਕਾਫੀ ਖਫਾ ਨਜ਼ਰ ਆ ਰਹੀ ਨਹੀਂ ਜਿਸ ਨੂੰ ਆਖਰੀ ਤਾੜਨਾ ਕੀਤੀ ਗਈ ਹੈ ਉਹਨਾਂ ਉੱਚ ਅਫਸਰਾਂ ਤੇ ਨਿਗਾਹ ਰੱਖੀ ਜਾਣ ਲੱਗੀ ਹੈ ਜਿਹੜੇ ਪੰਜਾਬ ਸਰਕਾਰ ਦਾ ਅਕਸ ਵਿਗਾੜਨ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ ਕੋਈ ਨਾ ਕੋਈ ਸ਼ਗੂਫਾ ਛੱਡਦੇ ਰਹਿੰਦੇ ਨੇ ਤਾਜ਼ਾ ਮਾਮਲਾ ਪੰਜਾਬ ਦੇ 8 ਬਰਾਸਤੀ ਕਾਲਜਾਂ ਨੂੰ ਖੁਦ ਮੁਖਤਾਰ ਬਣਾਏ ਜਾਣ ਬਾਰੇ ਲੈ ਫੈਸਲੇ ਦਾ ਉਚੇਰੀ ਸਿੱਖਿਆ ਦੇ 77 ਵੱਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਬਿਨਾਂ ਪੰਜਾਬ ਦੇ 8 ਸਰਕਾਰੀ ਕਾਲਜਾਂ ਨੂੰ ਖੁਦ ਮੁਖਤਾਰ ਬਣਾਏ ਜਾਣ ਵਾਸਤੇ ਹਰੀ ਝੰਡੀ ਦਿੱਤੇ ਜਾਣ ਕਾਰਨ ਸੂਬਾ ਸਰਕਾਰ ਨੂੰ ਨਮੋਸ਼ੀ ਚੱਲਣੀ ਪਈ ਸੀ ਮੁੱਖ ਮੰਤਰੀ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹਨਾਂ ਨੇ ਫੌਰਨ ਹੀ ਫੈਸਲਾ ਜਿਹੜਾ ਫੌਰੀ ਤੌਰ ਤੇ ਕੀਤਾ ਕਿ ਕਿਸੇ ਵੀ ਸਰਕਾਰੀ ਕਾਲਜ ਨੂੰ ਖੁਦ ਮੁਖਤਾਰ ਨਹੀਂ ਬਣਾਇਆ ਜਾਵੇਗਾ ਉਸ ਮਗਰੋਂ ਮੁੱਖ ਮੰਤਰੀ ਨੇ ਜਿਹਹਾ ਫੈਸਲਾ ਲੈਣ ਵਾਲੇ ਅਫਸਰਾਂ ਦੀ ਕਲਾਸ ਵੀ ਲਗਾਈ ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਅਤੇ ਮੁੱਖ ਸਕੱਤਰ ਨੂੰ ਬੁਲਾ ਕੇ ਹਦਾਇਤਾਂ ਦਿੱਤੀਆਂ ਤੇ ਇਹ ਵੀ ਕਿਹਾ ਕਿ ਜੋ ਭਵਿਕ ਵਿੱਚ ਕੋਈ ਕੁਤਾਹੀ ਹੁੰਦੀ ਹੈ ਤੇ ਉਹ ਮੁਖ ਸਕੱਤਰ ਤੇ ਪ੍ਰਮੁਖ ਸਕੱਤਰ ਨਿੱਜੀ ਤੌਰ ਤੇ ਜ਼ਿੰਮੇਵਾਰ ਹੋਣਗੇ ਮੁਖ ਸਕੱਤਰ ਨੇ 27 ਅਗਸਤ ਨੂੰ ਹੀ ਸਮੂਹ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਕਿ ਜਦੋਂ ਵੀ ਕਿਸੇ ਵਿਭਾਗ ਵਿੱਚ ਕੋਈ ਨੀਤੀ ਨਵੀਂ ਲਾਗੂ ਕਰਨੀ ਹੈ ਤਾਂ ਕਿਸੇ ਪੁਰਾਣੀ ਨੀਤੀ ਵਿੱਚ ਕੋਈ ਤਬਦੀਲੀ ਕੀਤੀ ਜਾਵੇ ਤਾਂ ਉਸ ਨੂੰ ਪਹਿਲਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾਵੇ ਮੁੱਖ ਮੰਤਰੀ ਨੇ ਆਪਣੇ ਦਫ਼ਤਰ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਇਸ ਤਰ੍ਹਾਂ ਦੀ ਕੁਤਾਹੀ ਜਾਣ ਗੈਲੀ ਕਰਨ ਵਾਲੇ ਅ fırsਰਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਹਾਲਾਂਕਿ ਇੱਥੇ ਧਿਆਨ ਦੇਣ ਜੇ ਬਣਦਾ ਕਿਸ ਤਰ੍ਹਾਂ ਦੇ ਕਈ ਫੈਸਲੇ ਹੋਏ ਨੇ ਜਿਸ ਦੇ ਉੱਤੇ ਵਾਕਈ ਸਰਕਾਰ ਨੂੰ ਨੁਮੋਸ਼ੀ ਚਲਣੀ ਪਈ ਹੈ ਜੇਕਰ 8 ਸਰਕਾਰੀ ਕਾਲਜਾਂ ਨੂੰ ਖੁਦ ਮੁਖਤਾਰ ਬਣਾਏ ਜਾਣ ਦੇ ਫੈਸਲੇ ਦੀ ਗੱਲ ਕਰੀਏ ਤਾਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਅਧਿਆਪਕ ਜਥੇਬੰਦੀਆਂ ਬੁੱਧੀਜੀਵੀਆਂ ਨੇ ਇਸ ਗੱਲ ਦਾ ਜ਼ਬਰਦਸਤ ਵਿਰੋਧ ਕੀਤਾ ਕਈ ਥਾਵਾਂ ਦੇ ਉੱਤੇ ਕਈ ਸਿਆਸਤਦਾਨਾਂ ਨੇ ਵੀ ਇਸ ਗੱਲ ਦੀ ਪਰਜੋਰ ਮੰਗ ਕੀਤੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਰਕਾਰੀ ਕਾਲਜਾਂ ਨੂੰ ਜੇਕਰ ਖੁਦ ਮੁਖਤਾਰ ਬਣਾ ਦਿੱਤਾ ਜਾਵੇਗਾ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਇਹਨਾਂ ਕਾਲਜਾਂ ਨੂੰ ਨਿੱਜੀ ਕਰਨ ਵੱਲ ਧੱਕਿਆ ਜਾ ਰਿਹਾ ਹੈ ਹੌਲੀ-ਹੌਲੀ ਜੇਕਰ ਸਰਕਾਰੀ ਸਿੱਖਿਆ ਖਤਮ ਕਰ ਦਿੱਤੀ ਗਈ ਹਾਲਾਂਕਿ ਆਮ ਆਦਮੀ ਪਾਰਟੀ ਦਾ ਦਾਵਾ ਤਾਂ ਇਹ ਰਹਿੰਦਾ ਹੈ ਕਿ ਅਸੀਂ ਸਿੱਖਿਆ ਸਿਹਤ ਤੇ ਹੋਰ ਮਸਲੇ ਅਜਿਹੇ ਨੇ ਜਿਹੜੇ ਮੁੱਢਲੇ ਤੌਰ ਦੇ ਉੱਤੇ ਅਸੀਂ ਗਲੀਆਂ ਨਾਲੀਆਂ ਦੀ ਸਿਆਸਤ ਨਹੀਂ ਕਰਦੇ ਸਾਡੇ ਲਈ ਮੁੱਦੇ ਹੋਰ ਬੜੇ ਹਨ ਨੇ ਉਹਨਾਂ ਵਿੱਚ ਇੱਕ ਸਿੱਖਿਆ ਵੀ ਹੈ ਤਾਂ ਉਹਨਾਂ ਨੂੰ ਅਸੀਂ ਬਚਾਉਣਾ ਹੈ ਅਸੀਂ ਕ੍ਰਾਂਤੀ ਲਿਆਉਣੀ ਹੈ ਤੇ ਤਰ੍ਹਾਂ ਤਰ੍ਹਾਂ ਦੇ ਸਕੂਲਾਂ ਦੇ ਨਾਮ ਵੀ ਦਿੱਤੇ ਜਾ ਰਹੇ ਨੇ ਪਰ ਉਸ ਦੇ ਬਾਵਜੂਦ ਜੇਕਰ ਕਾਲਜਾਂ ਨੂੰ ਸਰਕਾਰੀ ਤੋਂ ਆਟੋਨਮਸ ਬਣਾਉਣ ਦੀ ਗੱਲ ਤੁਰੇਗੀ ਤਾਂ ਫਿਰ ਉਹ ਸਰਕਾਰ ਦਾ ਆਪਾ ਵਿਰੋਧੀ ਫੈਸਲਾ ਹੋ ਜਾਵੇਗਾ ਇਸੇ ਕਰਕੇ ਮੁੱਖ ਮੰਤਰੀ ਖਫਾ ਚੱਲ ਰਹੇ ਨੇ ਤੇ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਵੀ ਅਮਲੇ ਨੂੰ ਹਦਾਇਤ ਦੇ ਦਿੱਤੀ ਹੈ ਕਿ ਜਹੀ ਕੋਤਾਹੀ ਬਿਲਕੁਲ ਵਰਤੀ ਨਹੀਂ ਜਾਵੇ ਜੇਕਰ ਕੋਈ ਵੀ ਨਵੀਂ ਨੀਤੀ ਲਾਗੂ ਹੁੰਦੀ ਹੈ ਤੇ ਮੁਖ ਸਕੱਤਰ ਨੇ ਜਿਹੜੇ ਪ੍ਰਬੰਧਕੀ ਸਕੱਤਰਾਂ ਨੂੰ ਇਸ ਲਈ ਬਕਾਇਦਾ ਪੱਤਰ ਜਾਰੀ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਪਹਿਲਾਂ ਮੈਂ ਮਾਮਲਾ ਫੇਰ ਹੀ ਕੋਈ ਨਵੀਂ ਨੀਤੀ ਲਾਗੂ ਕੀਤੀ ਜਾਵੇ ਇੱਥੇ ਇੱਕ ਧਿਆਨ ਦੇਣ ਯੋਗ ਹੋਰ ਵੀ ਗੱਲ ਹੈ ਕਿ ਮੁੱਖ ਮੰਤਰੀ ਸਕੂਲ ਸਕੂਲ ਸਿੱਖਿਆ ਵਿਭਾਗ ਨਾਲ ਉਸ ਵਕਤ ਵੀ ਨਾਰਾਜ਼ ਹੋ ਗਏ ਸਨ ਜਦੋਂ ਉਹਨਾਂ ਵੱਲੋਂ ਕੀਤੇ ਐਲਾਨ ਮੁਤਾਬਕ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਮਿੱਡੇ ਮੀਲ ਤਹਿਤ ਮੌਸਮੀ ਫਲ ਕਿਨੂੰ ਦੇਣ ਮਗਰੋਂ ਮੌਸਮੀ ਫਲ ਦੇਣੇ ਬੰਦ ਕਰ ਦਿੱਤੇ ਸਨ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਉਹਨਾਂ ਵੱਲੋਂ ਕੀਤੇ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਮੀਖਿਆ ਮੀਟਿੰਗਾਂ ਰੈਗੂਲਰ ਕੀਤੀਆਂ ਜਾਣ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਸਕੱਤਰ ਨੂੰ ਹਦਾਇਤ ਦੇ ਦਿੱਤੀ ਹੈ ਤੇ ਬਾਕੀ ਜਿਹੜੇ ਪ੍ਰਬੰਧਕੀ ਸਖਤਰ ਨੇ ਉਹਨਾਂ ਨੂੰ ਵੀ ਹਦਾਇਤ ਇੱਕ ਤਰ੍ਹਾਂ ਦੀ ਚਲੀ ਗਈ ਹੈ ਮੁੱਖ ਮੰਤਰੀ ਦੇ ਦਫ਼ਤਰ ਦੇ ਵੱਲੋਂ ਕਿ ਜੇਕਰ ਅੱਗੇ ਤੋਂ ਕਿਸੇ ਨੇ ਅਫਸਰ ਨੇ ਅੰਗਲੀ ਕੀਤੀ ਤਾਂ ਫਿਰ ਉਸ ਦੇ ਖਿਲਾਫ ਬਕਾਇਦਾ ਤੌਰ ਦੇ ਉੱਤੇ ਵਿਭਾਗੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਐਲਾਨ ਕਰ ਦਿੰਦੇ ਨੇ ਸਟੇਜਾਂ ਤੋਂ ਇਹ ਜੋ ਫੈਸਲਾ ਲਾਗੂ ਕਰਨ ਦੀ ਵਾਰੀ ਆਉਂਦੀ ਹੈ ਤੇ ਉੱਥੇ ਜ਼ਮੀਨੀ ਪੱਧਰ ਤੇ ਹਕੀਕਤ ਦੇ ਵਿੱਚ ਕੁਝ ਹੋਰ ਤਰ੍ਹਾਂ ਲਾਗੂ ਹੁੰਦੇ ਨੇ ਜਾਂ ਫਿਰ ਫੈਸਲੇ ਲਾਗੂ ਹੀ ਨਹੀਂ ਹੁੰਦੇ ਜਿਸ ਦੇ ਕਰਕੇ ਸਿਆਸੀ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਉਹਨਾਂ ਦੀ ਖੁਦ ਦੀ ਪਾਰਟੀ ਆਮ ਆਦਮੀ ਪਾਰਟੀ ਦਾ ਨੁਕਸਾਨ ਹੋ ਰਿਹਾ ਜਿਸ ਦੇ ਕਰਕੇ ਉਹਨਾਂ ਨੂੰ ਥਾਂ ਥਾਂ ਤੇ ਸਵਾਲ ਹੋ ਰਹੇ ਨੇ ਖੜੇ ਕੀਤੇ ਜਾ ਰਹੇ ਨੇ ਸਵਾਲ ਜਿਸ ਦਾ ਜਵਾਬ ਦੇਣਾ ਵੀ ਕਈ ਵਾਰਾਂ ਸਰਕਾਰ ਨੂੰ ਔਖਾ ਹੋ ਜਾਂਦਾ ਹੈ ਇਸੇ ਕਰਕੇ ਸਖਤ ਤਾੜਨਾ ਕਰ ਦਿੱਤੀ ਗਈ ਹੈ ਤੇ ਇਹ ਵੀ ਮੰਨਿਆ ਜਾ ਰਿਹਾ ਕਿ ਇਹ ਆਖਰੀ ਵਾਰੀ ਤਾੜਨਾ ਕੀਤੀ ਗਈ ਹੈ ਇਸ ਤੋਂ ਬਾਅਦ ਜੇਕਰ ਕਿਸੇ ਨੇ ਅੰਗਲੀ ਵਰਤੀ ਤਾਂ ਚਾਹੇ ਕੋਈ ਆਈਐਸ ਅਫਸਰ ਹੈ ਜਾਂ ਸਬੰਧਤ ਹੇਟਲਾ ਕੋਈ ਸਹਾਇਕ ਅਧਿਕਾਰੀ ਹੈ ਉਹ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਨੇ ਦੇਖਦੇ ਹਾਂ ਕਿ ਉਹਨਾਂ ਨੇ ਸਮੇਂ ਦੇ ਵਿੱਚ ਇਸ ਸਖਤ ਤਾੜਨਾ ਦਾ ਕਿੰਨਾ ਕੌਸਰ ਦੇਖਣ ਨੂੰ ਮਿਲਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਕਈ ਵਾਰ ਅਜਿਹੇ ਅਜਿਹੇ ਮਾਮਲੇ ਆਏ ਨੇ ਜਿਸ ਦੇ ਕਰਕੇ ਮੁੱਖ ਮੰਤਰੀ ਨੂੰ ਲੱਗ ਗਿਆ ਹੋਵੇਗਾ ਕਿ ਹੁਣ ਸਖਤੀ ਦੇ ਨਾਲ ਪੇਸ਼ ਆਉਣਾ ਪਵੇਗਾ ਜਿਹੜੇ ਨੇ ਕੱਚੇ ਪੈਰੀ ਗੱਲਾਂ ਨਹੀਂ ਬਣेंगी ਪੱਕੇ ਪੈਰੀ ਇਹਨਾਂ ਨੂੰ ਤਾੜਨਾ ਕਰਨੀ ਬਣਦੀ ਹੈ ਤਾਂ ਕਿ ਸਰਕਾਰ ਦੇ ਵਿੱਚ ਲਏ ਜਾ ਰਹੇ ਫੈਸਲਿਆਂ ਨੂੰ ਇਹਨਾਂ ਬਿਨ ਲਾਗੂ ਕੀਤਾ ਜਾ ਸਕੇ ਜਦ ਤੱਕ ਇਸ ਮਾਮਲੇ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ